आने वाले जीरकपुरी इलेक्शन को लेकर वार्ड नंबर 13 से खड़ी रही अकाली दल की नेता दलजीत कौर के पति कृष्ण सिंह से हुई खास बातचीत। हाँ जी, सत श्री अकाल जी, मैं हाँ जसमीत, तुसीं देख रहे हो नैशनल 18 न्यूज़। उम्मीद करते हैं ठीक होवोगे। अज आपां गल करांगे 14 फरवरी नूं होण वालियां जीरकपुर विच इलैक्शन दे बारे। अज उहनां दे विचों साडे नाल जुड़े ने वार्ड नंबर 13 तों अकाली उम्मीदवार दलजीत कौर जी दे पति कृष्ण सिंह जी। आओ उहनां नाल विचार करदे हां इलैक्शन दे बारे। सब तों पहलां कृष्ण जी, तुहाडा स्वागत है जी नैशनल 18 न्यूज़ 'च। सत श्री अकाल जी, तुहाडा वी धन्नवाद, तुसीं इस लायक समझिआ जी आपां नूं। ਤੁਹਾਡਾ ਕੀ ਏਜੰਡਾ ਜੀ ਇਲੈਕਸ਼ਨ ਨੂੰ ਲੈ ਕੇ? ਇਲੈਕਸ਼ਨ ਦਾ ਇਹੀ ਹੈ ਜੀ, ਆਪਣਾ ਪਾਣੀ ਦੀ ਨਿਕਾਸੀ ਹੋ ਗਿਆ ਜੀ, ਸਫਾਈ ਅਤੇ ਸਟਰੀਟ ਲਾਈਟ, ਬਾਕੀ ਇਹੀ ਮੁੱਦੇ ਹੁੰਦੇ ਆ ਜੀ। ਇਹਨਾਂ 'ਤੇ ਆਪਾਂ ਪੂਰਾ ਵਰਕ ਕਰਾਂਗੇ ਜੀ, ਜਿੰਨਾ ਵੀ ਆ ਲੋਕਾਂ ਦੇ ਜਿਹੜੇ ਉਹਤੇ ਖਰੇ ਉਤਰਾਂਗੇ, ਉਮੀਦ 'ਤੇ ਖਰੇ ਉਤਰਾਂਗੇ ਜੀ। ਅਸੀਂ ਇੱਕ ਮੌਕਾ ਦਿਓ ਜੀ ਸਾਨੂੰ, ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਜੀ, ਅਤੇ ਆਪਾਂ ਜਿੰਨਾ ਵੀ ਯੂਥ ਅਸੀਂ ਉਹਨਾਂ ਦੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਾਂਗੇ ਜੀ। ਉਹਨਾਂ ਤੋਂ ਬਿਨਾਂ ਆਪਣਾ ਗੁਜ਼ਾਰਾ ਨਹੀਂ ਹੈਗਾ ਜੀ। ਤੁਸੀਂ ਇਲੈਕਸ਼ਨ ਜਿੱਤ ਲੈਣਾ, ਤੁਸੀਂ ਸਭ ਤੋਂ ਪਹਿਲਾਂ ਆਪਣੀ ਵਾਰਡ ਦੇ ਵਿੱਚ ਕੀ ਸੁਧਾਰ ਕਰੋਗੇ? ਸੁਧਾਰ ਇਹੀ ਹੈ ਜੀ, ਸਟਰੀਟ ਲਾਈਟ, ਜੋ ਪਾਣੀ ਸਮੱਸਿਆ, ਸਫਾਈ ਜੋ ਪਹਿਲਾਂ ਵੀ ਕੀਤਾ ਜੀ, 4-4.5 ਸਾਲ 'ਤੇ ਥੋੜ੍ਹੀ ਜਿਹੀ ਕਮੀ ਆਈ। ਪਹਿਲਾਂ ਹੈਗਾ ਸੀਗੀ ਸਮਾਜਿਕ ਕਮੇਟੀ ਦੇ ਹੋਣੇ ਕਰਕੇ ਜੀ, ਹੁਣ ਮਤਲਬ ਕਿ ਸਰਕਾਰ ਚੇਂਜ ਹੋਣੇ ਕਰਕੇ ਇਹ ਦਿੱਕਤਾਂ ਆਈਆਂ। ਪਹਿਲਾਂ ਵੀ ਕੰਮ ਸਮਾਜਿਕ ਥਰੂ ਹੋਏ ਆ ਜੀ, ਹੁਣ ਵੀ ਉਹਨਾਂ ਨੇ ਕਰਾਉਣੇ ਆ ਜੀ। ਅਸੀਂ ਤਾਂ ਇੱਕ ਅਪੀਲ ਪਾਣੀ ਆ ਜੀ ਇਹਨਾਂ ਨੂੰ, ਜੋ ਵੀ ਹੋ ਗਿਆ ਕੰਮ ਉਹਨਾਂ ਨੇ ਕਰਾਉਣੇ ਜੀ। ਤੁਸੀਂ ਆਪਣੇ ਵੋਟਰ ਅਤੇ ਸਪੋਰਟਰ ਨੂੰ ਕੀ ਅਪੀਲ ਕਰਨੀ ਚਾਹੋਗੇ? ਵੋਟਰ ਅਤੇ ਸਪੋਰਟਰ ਨੂੰ ਇਹੀ ਅਪੀਲ ਕਰਾਂਗੇ ਜੀ, ਇੱਕ ਵਾਰੀ ਮੌਕਾ ਦਿਓ ਜੀ, ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ, ਸਾਰਾ ਯੂਥ ਮਤਲਬ ਕਿ ਸਪੋਰਟ ਕਰੇ, ਆਪਾਂ ਉਹਨਾਂ ਨਾਲ ਲੈ ਕੇ ਚੱਲਾਂਗੇ ਜੀ। ਥੈਂਕ ਯੂ, ਧੰਨਵਾਦ। ਐਂਡ 'ਚ ਇਹੀ ਅਪੀਲ ਕਰਨੀ ਚਾਹੂੰਗਾ ਜੀ, ਆਪ ਸਾਡੇ ਚੈਨਲ ਨੂੰ ਲਾਈਕ ਅਤੇ ਸ਼ੇਅਰ।